ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਟਰੈਵਲਰ ਕਿਕਸ 'ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਤੁਹਾਡੇ ਨਾਲ ਦੁਬਈ ਟ੍ਰਿਪ ਦਾ ਪਾਰਟ 2 ਦੁਬਈ ਡੈਜ਼ਰਟ ਸਫਾਰੀ ਸਾਂਝਾ ਕਰਨ ਲੱਗੇ ਹਾਂ। ਚਲੋ ਰਾਈਡ ਸ਼ੁਰੂ ਕਰਦੇ ਹਾਂ। ਡਰਾਈਵਰਸ ਲੈਂਡ ਕਰੂਜ਼ਰਸ ਦਾ ਧੂੰਆਂ ਕਢਾ ਦਿੰਦੇ ਨੇ, ਚਾਰੋ ਟਾਇਰ ਹਵਾ ਵਿੱਚ ਕਰ ਦਿੰਦੇ ਨੇ। ਓ ਮਾਈ ਗੋਡ, ਡੈਜ਼ਰਟ ਸਫਾਰੀ ਦੁਬਈ ਦੀ ਪੂਰੇ ਵਰਲਡ ਵਿੱਚ ਫੇਮਸ ਹੈ। ਇਸ ਤੋਂ ਵੱਧ ਖਤਰਨਾਕ ਡਰਾਈਵਰੀ ਕਿਤੇ ਵੇਖਣ ਵਿੱਚ ਨਹੀਂ ਆਉਂਦੀ। ਕਈ ਵਾਰ ਤਾਂ ਸਾਹ ਰੋਕ ਕੇ ਰੱਖਣੇ ਪੈਂਦੇ ਨੇ। ਡੈਜ਼ਰਟ ਸਫਾਰੀ ਦੁਬਈ ਦੀ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਬਹੁਤ ਦੂਰੋਂ ਦੂਰੋਂ ਲੋਕ ਇੱਥੇ ਇੰਜੋਏ ਕਰਨ ਆਉਂਦੇ ਨੇ। ਇਸ ਰੇਤਲੇ ਮਾਰੂਥਲ ਵਿੱਚ ਬਹੁਤ ਲੋਕ ਸਿਰਫ ਦੀ ਸਿਰਫ ਆਫ ਰੋਡਿੰਗ ਇੰਜੋਏ ਕਰਨ ਵਾਸਤੇ ਆਉਂਦੇ ਹਨ। ਘੈਂਟ ਤੋਂ ਘੈਂਟ ਸਟੰਟਸ ਵੇਖਣ ਨੂੰ ਮਿਲਦੇ ਹਨ। ਬਹੁਤ ਦੂਰ ਦੂਰ ਤੱਕ ਰੇਤਲਾ ਮਾਰੂਥਲ ਹੈ, ਕੁਝ ਵੀ ਨਜ਼ਰ ਨਹੀਂ ਆਉਂਦਾ ਦੂਰ ਦੂਰ। ਸ਼ਾਮ ਹੋ ਗਈ, ਚੱਲਦੇ ਹਾਂ ਸਨਸੈਟ ਵਿਊ ਵੱਲ ਨੂੰ। ATV ਬਾਈਕ ਚਲਾਉਣ ਤੇ ਭਜਾਉਣ ਦਾ ਵੀ ਮੌਕਾ ਮਿਲਿਆ। ਕੈਮਲ ਰਾਈਡ ਦਾ ਅਲੱਗ ਹੀ ਨਜ਼ਾਰਾ ਹੈ। ਸਨਸੈਟ ਦੇ ਟਾਈਮ ਰੇਤ ਲਾਲੀ ਵਿੱਚ ਨਜ਼ਰ ਆਉਣ ਲੱਗ ਜਾਂਦੀ ਹੈ। ਸਮਾਂ ਹੋ ਗਿਆ, ਚੱਲਦੇ ਹਾਂ ਕੈਂਪ ਵੱਲ ਨੂੰ ਰਾਤ ਦੇ ਡਿਨਰ ਲਈ, ਜਿੱਥੇ ਆਪਾਂ ਬੈਲੇ ਡਾਂਸ ਵੀ ਇੰਜੋਏ ਕਰਾਂਗੇ। ਸਾਰੇ ਦਿਨ ਦੀ ਥਕਾਨ ਤੋਂ ਬਾਅਦ ਡਿਨਰ ਕਰਦੇ ਸਮੇਂ ਬੈਲੀ ਡਾਂਸ ਇੰਜੋਏ ਕਰਦੇ ਨੇ ਟੂਰਿਸਟ। ਜੰਗਲ 'ਚ ਮੰਗਲ ਲਾਇਆ ਪਿਆ। ਗਿਆਰਾਂ ਵੱਜ ਗਏ, ਹੋ ਗਈ ਵਾਪਸੀ ਹੋਟਲ ਨੂੰ।
ਜਲਦੀ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਦੁਬਈ ਟ੍ਰਿਪ ਦਾ ਪਾਰਟ 3।